ਤੋਰ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਐਕਸੀਡੈਂਟ ਹੋਇਆ ਆ ਤੇ ਆਓ ਭਾਜੀ ਨੂੰ ਪੁੱਛਦੇ ਭਾਜੀ ਸਾਨੂੰ ਦੱਸੋ ਐਕਸੀਡੈਂਟ ਹੋਇਆ ਕਿੱਦਾਂ ਇਹ ਭਾਜੀ ਆ ਬਹੁਤ ਗਲਤ ਡਰਾਈਵਿੰਗ ਕਰ ਰਹੇ ਸੀਗੇ ਆ ਦੋਨੋਂ ਇਹਨਾਂ ਦਾ ਡਰਾਈਵਿੰਗ ਵੱਲ ਘੱਟ ਧਿਆਨ ਸੀਗਾ ਆਪਣਾ ਫੇਸਬੁੱਕ ਤੇ ਲਾਈਵ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗੇ ਅਸੀਂ ਜਾ ਰਹੇ ਸਾਨੂੰ ਓਵਰਟੇਕ ਕਰਕੇ ਗਏ ਆ ਨਾਲ ਫੇਸਬੁੱਕ ਵੱਲ ਧਿਆਨ ਸੀਗਾ ਬਿਲਕੁਲ ਸਾਡੇ ਜਸ ਸਾਹਮਣੇ ਏਦਾਂ ਗਿਰ ਗਏ ਪੱਥਰ ਨਾਲ ਟਕਰਾ ਕੇ ਗਿਰ ਗਏ ਹੁਣ ਪਤਾ ਨਹੀਂ ਠੀਕ ਆ ਬਚੇ ਆ ਕੀ ਆ ਉਹੀ ਜੀਤ ਸਿੰਘ ਕੈਮਰਾਮੈਨ ਜ਼ੁਨੀਸ਼ ਦੇ ਨਾਲ ਦੁਆਬਾ ਚੈਨਲ ਜਲੰਧਰ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਦੋ ਪਲ ਹੈ ਪਰ ਅੱਜ ਦੇ ਸਮੇਂ ਵਿੱਚ ਇਹ ਦੋ ਪਲ ਦਿਖਾਵੇ ਦੇ ਪਲ ਬਣ ਕੇ ਰਹਿ ਗਏ ਹਨ ਸੋਸ਼ਲ ਮੀਡੀਆ ਦੇ ਵੱਧ ਰਹੇ ਕਰੇਜ਼ ਨੇ ਜ਼ਿੰਦਗੀ ਦਾ ਮਖੌਲ ਬਣਾ ਕੇ ਰੱਖ ਦਿੱਤਾ ਹੈ ਅਤੇ ਜਦ ਇੱਦਾਂ ਦੇ ਵੱਡੇ ਹਾਦਸੇ ਹੁੰਦੇ ਨੇ ਇਨਸਾਨੀਅਤ ਵੀ ਮਰ ਜਾਂਦੀ ਹੈ ਜਦੋਂ ਕਿਸੇ ਦੇ ਦਰਦ ਨੂੰ ਇੱਕ ਤਮਾਸ਼ਾ ਸਮਝ ਕੇ ਰਿਕਾਰਡ ਕੀਤਾ ਜਾਂਦਾ ਹੈ ਤਾਂ ਉਹ ਦੋ ਪਲ ਜਿਹੜੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਨ ਫੇਸਬੁੱਕ 'ਤੇ ਇੱਕ ਓ ਮਾਈ ਗੋਡ ਦਾ ਟੈਗ ਬਣ ਕੇ ਰਹਿ ਜਾਂਦੇ ਹਨ